पंजाब दी माइनिंग पॉलिसी के खिलाफ टिप्पर यूनियन दे वल्लों धरना दिता गया। दुराहा विखे गुरुद्वारा श्री अतरसर साहिब सामने कौमी मार्ग नूं जाम कर दिता गया। रोड दे उपर ट्रक टिप्पर ते जेसीबी लगा दिते गए ने ते टेंट लगा के पक्का मोर्चा लगा दिता गया। यूनियन दे वल्लों धरना शुरू किया गया। इस दे नाल ही दिल्ली अमृतसर कौमी नैशनल हाईवे दे उपर आवाजाई भी प्रभावित हुई है। धरने नूं वेखते हुए खन्ना पुलिस ने ट्रैफिक डायवर्ट किया। इस दे नाल ही पुलिस दे वल्लों धरनाकारियों दे नाल गलबात भी की जा रही है। जदी नवी सरकार आई आ ये तो सानू बहुत सारिया आसा सीगिया। आसा ऐसी भी जिहड़ा साडा कारोबार आ सानू पहला तंगियां तुरटियां दी साडे परचे होई सी उह सरकार रद्द करूगी, सानू वधिया पॉलिसी दूगी। जिहड़ा साडा भारत मिट्टी दा रुजगार आ उह असीं वधिया तरीके नाल करांगे। पर होया कि जदों सरकार आई आ उहने पॉलिसी लियांदी, कहिंदे तुसीं 3 फुट तक मिट्टी पट सकदे हो फ्री ऑफ कॉस्ट। असीं कम चल पिया साडा वधिया कम चली गया। 13/3/23 नूं इन्हां ने एक पॉलिसी कढ़ती भी जिहड़ा मिट्टी आ ਉਹ ਤੁਸੀਂ 2.93 रुपये ਪਰ ਫੁੱਟ ਗਵਰਨਮੈਂਟ ਨੂੰ ਟੈਕਸ ਭਰ ਕੇ ਤਾਂ ਪੱਟ ਸਕਦੇ ਹੋ, ਜਿਹੜਾ ਕਿ ਸਾਨੂੰ ਇੱਕ ਟਿੱਪਰ ਦੇ ਮਗਰ 600-700 रुपया ਪੈਂਦਾ, 1800 रुपया ਪੈਂਦਾ। ਔਰ ਕਿਸਾਨਾਂ ਨੂੰ ਅਸੀਂ ਪੈਸੇ ਦਿੰਦੇ ਹਾਂ, ਮੁੱਲ ਮਿੱਟੀ ਖਰੀਦਦੇ ਹਾਂ, ਉਸ ਤੋਂ ਬਾਅਦ ਰਸਤੇ ਵਾਲਿਆਂ ਨੂੰ ਪੈਸੇ ਦਿੰਦੇ ਹਾਂ, ਹੋਰ ਵੀ ਜੋ ਪਿੰਡ ਦੇ ਵਿੱਚ ਜੋ ਕੋਈ ਸਾਨੂੰ ਤੋਂ ਪੈਸੇ ਮੰਗਦਾ ਸਾਨੂੰ ਦੇਣੇ ਪੈਂਦੇ ਨੇ। ਇਸ ਲਈ ਜਿਹੜਾ ਟਿੱਪਰ ਆ ਅਸੀਂ 7500 ਨੂੰ ਵੇਚ ਰਹੇ ਹਾਂ, ਉਸ ਤੋਂ ਵੀ ਉੱਪਰ ਹੁਣ ਤੁਹਾਨੂੰ 10-12 ਹਜ਼ਾਰ ਦਾ ਟਿੱਪਰ ਇੱਕ ਪੈਣ ਲੱਗਾ, ਜਿਹੜਾ ਗਾਹਕ ਸਾਨੂੰ ਪੈਸੇ ਨਹੀਂ ਭਰਦਾ। ਅਤੇ ਸਾਨੂੰ ਇਹ ਅਰਲੀ ਇਨ ਦਾ ਮੋਰਨਿੰਗ ਹੀ ਪਤਾ ਲੱਗਿਆ ਧਰਨੇ ਬਾਰੇ, ਪਹਿਲਾਂ ਕੋਈ ਸਾਨੂੰ ਸੂਚਨਾ ਨਹੀਂ ਹੈਗੀ। ਅਸੀਂ ਹੁਣ ਮੌਕੇ 'ਤੇ ਆ ਕੇ ਇਹਦੀ ਗੱਲ ਦੀ ਤਹਿਕੀਕਤ ਕਰ ਰਹੇ ਹਾਂ, ਇਹਨਾਂ ਦੀ ਵੀ ਜਿਹੜੀਆਂ ਮੰਗਾਂ ਹੈਗੀਆਂ ਆਪਾਂ ਸੁਣਾਂਗੇ ਅਤੇ ਉਹ ਇਹਨਾਂ ਦੀ ਜਿਹੜੀਆਂ ਮੰਗਾਂ ਜਾਇਜ਼ ਮੰਗਾਂ ਹੈਗੀਆਂ ਸਰਕਾਰ ਤੱਕ ਪਹੁੰਚਾਵਾਂਗੇ। ਬਾਕੀ ਇਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਦੀ ਜਿਹੜੀਆਂ ਸਮੱਸਿਆਵਾਂ ਉਹ ਵੀ ਸੁਣ ਕੇ ਅਸੀਂ ਆਪਣੇ ਸੀਨੀਅਰ ਅਫਸਰ ਧਿਆਨ 'ਚ ਲਿਆ ਕੇ ਸਰਕਾਰ ਤੱਕ ਇਹਨਾਂ ਦੀ ਮੰਗ ਪਹੁੰਚਾਵਾਂਗੇ। ਬਾਕੀ ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਮਾਈਨਿੰਗ ਨਾਲ ਰਿਲੇਟਡ ਹੈਗੀਆਂ ਉਹ ਇਹਨਾਂ ਦੀ ਡਿਟੇਲ 'ਚ ਉਹਨਾਂ ਕੋਲ ਮੰਗ ਪੱਤਰ ਲੈਂਦੇ ਹਾਂ, ਕਿਉਂਕਿ ਅਜੇ ਇਹਨਾਂ ਦੀ ਪ੍ਰਧਾਨ ਆਪਸ ਦੀ ਲਿਖਤੀ ਸਾਨੂੰ ਕੋਈ ਨਹੀਂ ਦਿੱਤਾ, ਅਸੀਂ ਜੋ ਜੋ ਲਿਖਤੀ ਦਿੰਦੇ ਅਸੀਂ ਉਹਨਾਂ ਨੂੰ ਸਰਕਾਰ ਤੱਕ ਪਹੁੰਚਾਵਾਂਗੇ। ABP ਸਾਂਝਾ, ਜੋਸ਼, ਜਜ਼ਬਾ, ਜਨੂੰਨ।